ਫਾਜ਼ਿਲਕਾ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਐਲਾਨ ਤੋਂ ਬਾਅਦ ਹਲਕਾ ਇੰਚਾਰਜ ਸਮਰਬੀਰ ਸਿੰਘ ਸਿੱਧੂ ਦੇ ਸਮਰਥਕਾਂ ਦੇ ਵਿੱਚ ਪਾਇਆ ਜਾ ਰਿਹਾ ਰੋਸ ਕਿਹਾ ਪਾਰਟੀ ਨੇ ਕੀਤਾ ਉਹਨਾਂ ਦੇ ਨਾਲ ਧੋਖਾ ਫਾਜ਼ਿਲਕਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦਾ ਐਲਾਨ ਹੋ ਚੁੱਕਿਆ ਹੈ ਤੇ ਪਾਰਟੀ ਵੱਲੋਂ ਨਰਿੰਦਰਪਾਲ ਸਿੰਘ ਸਵਨਾ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਇਸ ਤੋਂ ਬਾਅਦ ਹਲਕਾ ਇੰਚਾਰਜ ਸਮਰਬੀਰ ਸਿੰਘ ਸਿੱਧੂ ਦੇ ਸਮਰਥਕਾਂ ਦੇ ਵਿੱਚ ਖਾਸਾ ਰੋਸ ਪਾਇਆ ਜਾ ਰਿਹਾ ਪਿੰਡ ਰਾਮਪੁਰਾ ਦੇ ਵਿੱਚ ਸਮਰਬੀਰ ਸਿੰਘ ਸਿੱਧੂ ਦੇ ਨਿਵਾਸ ਤੇ ਸਮਰਥਕ ਪਹੁੰਚੇ ਜਿਨ੍ਹਾਂ ਵੱਲੋਂ ਰੋਸ ਜਤਾਇਆ ਗਿਆ ਅਤੇ ਪਾਰਟੀ ਹਾਈਕਮਾਨ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਫਾਜ਼ਿਲਕਾ ਦੇ ਵਿੱਚ ਸਮਰਬੀਰ ਸਿੰਘ ਸਿੱਧੂ ਦੇ ਸਮਰਥਕਾਂ ਦਾ ਕਹਿਣਾ ਕਿ ਜਲਦੀ ਇੱਕ ਮੀਟਿੰਗ ਬੁਲਾਈ ਜਾਏਗੀ ਅਤੇ ਅਗਲੀ ਰਣਨੀਤੀ ਵੀ ਤੈਅ ਕੀਤੀ ਜਾਏਗੀ ਅੱਜ ਆਮ ਆਦਮੀ ਪਾਰਟੀ ਨੇ ਜੋ ਵੀ ਫੈਸਲਾ ਲਿਆ ਫਾਜ਼ਿਲਕਾ ਹਲਕੇ ਦੀ ਸੀਟ ਨੂੰ ਲੈ ਕੇ ਬਹੁਤ ਗਲਤ ਫੈਸਲਾ ਲਿਆ ਇਸ ਦਾ ਫਾਜ਼ਿਲਕਾ ਹਲਕੇ ਦੇ ਸਾਰੇ ਸ਼ਹਿਰ 'ਚ ਹੀ ਰੋਸ ਹੈ ਕਿਉਂਕਿ ਫਾਜ਼ਿਲਕਾ ਹਲਕੇ ਨੂੰ ਪਹਿਲੀ ਵਾਰ ਕੋਈ ਪੜ੍ਹਿਆ ਲਿਖਿਆ ਅਤੇ ਸੂਝਵਾਨ ਉਮੀਦਵਾਰ ਮਿਲਿਆ ਸੀ ਇਸ ਦਾ ਅਸੀਂ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ ਕੱਲ੍ਹ ਨੂੰ ਅਸੀਂ ਸਾਰੇ ਆਪਦੇ ਵਰਕਰ ਮੀਟਿੰਗ ਬੁਲਾਵਾਂਗੇ ਅਤੇ ਇਸ ਦਾ ਭਾਰੀ ਰੋਸ ਕਰਾਂਗੇ ਸਮਰਬੀਰ ਬਾਈ ਹਾਂਜੀ ਹਾਂਜੀ ਜੋ ਇਹ ਆਮ ਆਦਮੀ ਪਾਰਟੀ ਨੇ ਗਊ ਹੱਤਿਆ ਕੀਤੀ ਨਾ ਇੱਕ ਗਊ ਹੱਤਿਆ ਉਹ ਇਹ ਆਮ ਆਦਮੀ ਪਾਰਟੀ ਨੂੰ ਮੈਨੂੰ ਲੱਗਦਾ ਲੈ ਕੇ ਬਹਿ ਜੂਗੀ ਤੁਸੀਂ ਵੇਖੋ ਇੱਕ ਪੜ੍ਹਿਆ ਲਿਖਿਆ ਸੂਝਵਾਨ ਬੀ ਕੌਮ LLB ਕੀਤੀ ਬੰਦੇ ਨੇ ਉਹਦੇ ਕਰੈਕਟਰ ਬਾਰੇ ਉਹਦੀ ਇਮਾਨਦਾਰੀ ਬਾਰੇ ਤਾਂ ਤੁਸੀਂ ਕਹਿ ਨਹੀਂ ਸਕਦੇ ਗੇ ਉਹਦੇ ਵਰਗਾ ਬੰਦਾ ਫਾਜ਼ਿਲਕਾ ਨੂੰ ਕੋਈ ਨਾ ਲੱਭਣਾ ਫਾਜ਼ਿਲਕਾ ਦੇ ਹਲਕੇ ਨੂੰ ਉਹਦਾ ਬੰਦਾ ਨਹੀਂ ਲੱਭਣਾ ਅਤੇ ਦੂਜੇ ਪਾਸੇ ਕੱਲ੍ਹ ਬੰਦਾ ਆਇਆ ਅਕਾਲੀ ਦਲ ਚੋਂ ਨਿਕਲਿਆ ਹੋਇਆ 12 ਸਾਲ ਉੱਥੇ ਰਿਹਾ ਕਿੰਨੇ ਬੰਦੇ ਤੋਂ ਉਹਨਾਂ ਨਜਾਇਜ਼ ਪਰਚੇ ਰਹੇ ਕੀ ਬਸ ਉਹਨਾਂ ਬੰਦੇ ਨੇ ਕੀਤਾ ਕਿੰਨੇ ਪਰਚੇ ਉਹਦੇ ਨਾਲ ਦੇ ਬੰਦਿਆਂ 'ਤੇ ਹੈ ਉਹਨੂੰ ਆਮ ਆਦਮੀ ਪਾਰਟੀ ਨੇ ਟਿਕਟ ਦੇ ਤੀ ਜਿਹੜੀ ਆਮ ਆਦਮੀ ਪਾਰਟੀ ਇੱਕ ਤਾਂ ਕਹਿੰਦੀ ਅਸੀਂ ਬਰਾਦਰੀਵਾਦ ਨਹੀਂ ਕਰਦੇ ਜੇ ਬਰਾਦਰੀਵਾਦ ਨਹੀਂ ਕਰਦੇ ਤਾਂ ਫਿਰ ਤੁਸੀਂ ਟਿਕਟ ਉਹਨਾਂ ਨੂੰ ਕਿਉਂ ਦਿੱਤੀ ਟਿਕਟ ਦਾ ਅਸਲ ਹੱਕਦਾਰ ਸਮਰਵੀਰ ਸੀ ਜੋ ਉਹਦੀ ਟਿਕਟ ਕੱਟ ਕੇ ਉਹਨਾਂ ਨੇ ਬੜਾ ਮਾੜਾ ਕੀਤਾ ਉਹਦਾ ਭੁਗਤਾਨ ਆਮ ਆਦਮੀ ਪਾਰਟੀ ਨੂੰ ਬਹੁਤ ਬਹੁਤ ਮਹਿੰਗਾ ਪੈਣਾ ਸੋ ਫਾਜ਼ਿਲਕਾ ਨਿਵਾਸੀਆਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਫਾਜ਼ਿਲਕਾ ਨਿਵਾਸੀ ਇੱਕ ਫਾਜ਼ਿਲਕਾ ਸ਼ਹਿਰ ਆਪਦਾ MLA ਨਹੀਂ ਬਣਾ ਸਕਦਾ ਜੇਕਰ ਫਾਜ਼ਿਲਕਾ ਨਿਵਾਸੀ ਚਾਹੋ ਨਾ ਫਾਜ਼ਿਲਕਾ ਨਿਵਾਸੀ ਦਾ ਇੱਕ ਵੋਟਰ ਚਾਹਵੇ ਵੀ ਅਸੀਂ ਐਤਕੀ ਫਾਜ਼ਿਲਕਾ ਨਿਵਾਸੀਆਂ ਨੇ ਆਪਦਾ MLA ਆਪਦਾ ਕਰਦਾ MLA ਬਣਾਉਣਾ ਤਾਂ ਇਕੱਲਾ ਫਾਜ਼ਿਲਕਾ ਸ਼ਹਿਰ MLA ਬਣਾ ਸਕਦਾ ਜੇਕਰ ਫਾਜ਼ਿਲਕਾ ਸ਼ਹਿਰ ਚਾਹਵੇ ਤਾਂ ਜੇਕਰ ਉਹ ਚਾਹਵੇ ਤਾਂ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਇਕੱਲਾ ਫਾਜ਼ਿਲਕਾ ਇੰਨੀ ਹਿੰਮਤ ਰੱਖਦਾ ਫਾਜ਼ਿਲਕਾ ਨਾਲ ਦੇ ਆਸੇ ਪਾਸੇ ਪਿੰਡ ਜਿੰਨੇ ਵੀ ਪਿੰਡ ਹੈ ਉਹ ਸਾਰੇ ਸਮਰਵੀਰ ਨੂੰ ਚਾਹੁੰਦੇ ਆ ਇਹਨਾਂ ਬੰਦਿਆਂ ਨੂੰ ਕੌਣ ਜਾਣਦਾ ਤੁਸੀਂ ਵੇਖੋ ਕੱਲ੍ਹ ਪਾਰਟੀ 'ਚੋਂ ਆ ਕੇ ਅੱਜ ਨੂੰ ਆਮ ਆਦਮੀ ਪਾਰਟੀ ਟਿਕਟ ਦੇਈ ਜਾਂਦੀ ਹੈ ਕੀ ਇਹ ਬੇਇਨਸਾਫੀ ਨਹੀਂ ਗੀ ਇੱਕ ਬੰਦੇ ਨੇ ਸਾਰਾ ਪਰਿਵਾਰ ਲਾਤਾ ਛੋਟਾ ਜਿਹਾ ਸੀਗਾ ਜਦੋਂ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਉਸ ਤੋਂ ਬਾਅਦ ਉਹਦੇ ਬ੍ਰਦਰ ਦੀ ਜਿਹਨੇ ਘਰ ਸੰਭਾਲਿਆ ਹੁਣ ਵਿਚਾਰੇ ਦੋਵੇਂ ਮਾਂ ਪਿਓ ਹੈ ਫਿਰ ਵੀ ਉਹ ਲੋਕਾਂ ਵਾਸਤੇ ਦਿਨ ਰਾਤ ਇੱਕ ਕਰਦਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਉਹ ਨਾ ਦਿਨ ਦੀ ਪਰਵਾਹ ਕਰਦਾ ਨਾ ਰਾਤ ਦੀ ਪਰਵਾਹ ਕਰਦਾ ਜਿੱਥੇ ਮਰਜ਼ੀ ਜਾਂਦਾ ਕਈ ਵਾਰੀ ਮੈਂ ਵਿਹਣਾ ਨੂੰ ਇਕੱਲੇ ਗੱਡੀ ਲੈ ਕੇ ਜਾ ਉੜਦਾ ਮੈਨੂੰ ਕਹਿੰਦਾ ਯਾਰ ਧਿਆਨ ਰੱਖਿਆ ਕਰ ਤੂੰ ਘਰ ਚਲਾਉਣ ਵਾਲਾ ਇਕੱਲਾ ਉਹ ਕਹਿੰਦਾ ਨਹੀਂ ਬਾਈ ਮੈਨੂੰ ਆਪਣੇ ਇਲਾਕੇ ਦੀ ਮੁਸ਼ਕਲਾਂ ਦੀ ਬੜੀ ਦਿੱਕਤ ਰਹਿੰਦੀ ਹੈ ਇਹਨਾਂ ਵਿਚਾਰਿਆਂ ਨੂੰ ਸਿਹਤ ਸਹੂਲਤਾਂ ਹੋਰ ਬੜੀ ਦਿੱਕਤ ਹੈ ਇਸੇ ਕਰਕੇ ਮੈਂ ਆਮ ਆਦਮੀ ਪਾਰਟੀ ਨਾਲ ਜੁੜਿਆ ਸੀਗਾ ਸੋ ਫਾਜ਼ਿਲਕਾ ਨਿਵਾਸੀਆਂ ਨੂੰ ਇਹੀ ਬੇਨਤੀ ਕਰਦਾ ਇਹੀ ਅਪੀਲ ਹੈ ਅਸੀਂ 1-2 ਦਿਨਾਂ ਤਾਈਂ ਰੱਖਦੇ ਹਾਂ ਪ੍ਰੋਗਰਾਮ ਆਪਦਾ ਅਤੇ ਫਾਜ਼ਿਲਕਾ ਨਿਵਾਸੀਆਂ ਨੂੰ ਅਪੀਲ ਕਰਦਾ ਵੀ ਤੁਹਾਨੂੰ ਇਹੋ ਜਿਹਾ ਲੀਡਰ ਨਹੀਂ ਲੱਭਣਾ ਜੇ ਫਾਜ਼ਿਲਕਾ ਨਿਵਾਸੀਆਂ ਨੇ ਇਹੋ ਜਿਹਾ ਲੀਡਰਾਂ ਦੇ ਹੱਥੋਂ ਗਵਾ ਲਿਆ ਤਾਂ ਮੈਨੂੰ ਨਹੀਂ ਲੱਗਦਾ ਕੋਈ ਉਹਨਾਂ ਦੁੱਖ ਸੁੱਖ ਦਾ ਇਸ ਤੋਂ ਇਲਾਵਾ ਸਾਥ ਦੇਊਗਾ ਧੰਨਵਾਦ ਸਾਰਿਆਂ ਦਾ ਆਪਣਾ ਨਾਮ ਕੀ ਸਦਾ ਜੀ ਸੁਖਦੀਪ ਸਿੰਘ ਬਰਾੜ ਜੀ ਸੁਖਦੀਪ ਸਿੰਘ ਬਰਾੜ ਜੀ ਤੁਹਾਨੂੰ ਕੀ ਲੱਗਦਾ ਕੀ ਹੈ ਕੀ ਕਾਰਨ ਦੇ ਹੈ ਟਿਕਟ ਨਾ ਮਿਲਣ ਦਾ ਕਾਰਨ ਤਾਂ ਕੁਛ ਵੀ ਕਹਿ ਸਕਦੇ ਜੀ ਕਾਰਨ ਬਾਰੇ ਆਪਾਂ ਨਹੀਂ ਕਹਿ ਸਕਦੇ ਸਾਹਮਣੇ ਆ ਜਾਣਗੇ ਸਾਰੇ ਤੁਸੀਂ ਵੇਖੋ ਵੀ ਦੋ ਬੰਦੇ ਖੜ੍ਹੇ ਆ ਉਧਰੋਂ ਉਹਨੂੰ ਕੁਛ ਬੰਦੇ ਪਸੰਦ ਕਰਦੇ ਆ ਕੀ ਉਹਨੂੰ ਫਾਜ਼ਿਲਕਾ ਨਿਵਾਸੀ ਆ ਜਿਹੜੇ ਉਹਨੂੰ ਪਸੰਦ ਕਰਦੇ ਉਸ ਬੰਦੇ ਨੂੰ ਕੀ ਫਾਜ਼ਿਲਕਾ ਨਿਵਾਸੀ ਚਾਹੁਣਗੇ ਫਾਜ਼ਿਲਕਾ ਨਿਵਾਸੀ ਦਾ ਵਿਚਾਰੇ ਪਹਿਲਾਂ ਬੜੇ ਤੰਗ ਸੀ ਚੋਰੀਆਂ ਤੋਂ ਜਾਂ ਹੋਰ ਇਹੋ ਜਿਹੇ ਕੰਮਾਂ ਤੋਂ ਫਾਜ਼ਿਲਕਾ ਨਿਵਾਸੀ ਇੱਕ ਨੇਕ ਦਿਲ ਹਰ ਦਿਲ ਅਜ਼ੀਜ਼ ਬੰਦਾ ਚਾਹੁੰਦੇ ਸੀਗੇ ਜੋ ਸਾਰੇ ਗੁਣ ਸਮਰਵੀਰ 'ਚ ਪਾਏ ਜਾਂਦੇ ਸੀਗੇ ਪਰ ਪਾਰਟੀ ਨੇ ਪਤਾ ਨਹੀਂ ਕੀ ਸਮਝਿਆ ਜਾਂ ਕਿਸ ਬੰਦੇ ਨੂੰ ਜਿਤਾਉਣਾ ਚਾਹੁੰਦੇ ਆ ਜਾਂ ਕੀ ਕਰਨਾ ਚਾਹੁੰਦੇ ਉਹਦੇ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ ਮੈਂ ਤਾਂ ਹੁਣ ਇੱਕ ਫੇਸਬੁੱਕ 'ਤੇ ਪੋਸਟ ਪੜ੍ਹੀ ਸੀ ਉਹ 'ਤੇ ਆਇਆ ਜਾਂਦਾ ਸੀਗਾ ਵੀ ਜਿੰਨੇ ਵੀ ਸਰਪੰਚ ਹੈ ਨਾ ਉਹਨੂੰ ਸੈਂਟਰ ਸਰਕਾਰ ਸਰਪੰਚਾਂ ਨੂੰ ਇਹ ਉਹਨੇ ਅਨਾਊਂਸ ਕਰਤੇ ਵੀ ਜਾਂ ਤਾਂ ਉਹ ਸਾਨੂੰ ਨਰੇਗਾ ਦਾ ਸਾਰਾ ਹਿਸਾਬ ਕਿਤਾਬ ਦੇਵੇ ਜਾਂ ਉਹ ਵੋਟ BJP ਨੂੰ ਪਾਵੇ ਇਹ ਪੰਜਾਬ ਦੇ ਹਾਲਾਤ ਪਤਾ ਨਹੀਂ BJP ਸਰਕਾਰ ਨੇ ਜਿਹਨੇ ਸਾਰਾ ਦੇਸ਼ ਖਤਮ ਕਰਤਾ ਉਹ ਹੁਣ ਪੰਜਾਬ ਨੂੰ ਪਤਾ ਨਹੀਂ ਕਿਸ ਹਾਲਾਤ ਪਾਸੇ ਲੈ ਜਾ ਰਹੀ ਹੈ ਸੋ ਮੇਰੀ ਬੇਨਤੀ ਹੈ ਵੈਸੇ ਤਾਂ ਤੁਸੀਂ ਆਪਣੀ ਗੱਲ ਦੇ ਵਿੱਚ ਇਹ ਗੱਲ ਕਹਿ ਚੁੱਕੇ ਕਿ ਅਸੀਂ ਆਪਣੇ ਵਰਕਰਾਂ ਨਾਲ ਮਿਲ ਕੇ ਮੀਟਿੰਗ ਕਰਾਂਗੇ ਉਸ ਬਾਅਦ ਫੈਸਲਾ ਲਵਾਂਗੇ ਪਰ ਮੈਂ ਫਿਰ ਵੀ ਸਵਾਲ ਕਰਾਂਗਾ ਤੁਹਾਨੂੰ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਤਰਿਆ ਜਾਏਗਾ ਸਮਰਬੀਰ ਜੀ ਵੱਲੋਂ ਉਹ ਤਾਂ ਸਾਰੇ ਜਿੰਨੇ ਸਾਡੇ ਭਰਾ ਨਾ ਜਿੰਨੇ ਸਾਡੇ ਮੋਢੇ ਨਾਲ ਮੋਢਾ ਜੋੜ ਖੜੇ ਆ ਹਰੇਕ ਬੰਦੇ ਦੀ ਜੋ ਚਾਹੁਣਗੇ ਉਸ ਹਿਸਾਬ ਨਾਲ ਪਾਰਟੀ ਹੈ ਜਿਹੜਾ ਅਸੀਂ ਉਹ ਫੈਸਲਾ ਲਵਾਂਗੇ ਅਸੀਂ ਮੈਂ ਇਹ ਨਹੀਂ ਕਹਿ ਸਕਦਾ ਵੀ ਆਜ਼ਾਦ ਉਮੀਦਵਾਰ ਹੈ ਜਾਂ ਕਿਸ ਨਾਲ ਅਸੀਂ ਕੀ ਕਰਾਂਗੇ ਆਉਣ ਵਾਲੇ ਦਿਨਾਂ 'ਚ ਅਸੀਂ ਦੱਸਾਂਗੇ ਵੀ ਕਿਵੇਂ ਬੰਦੇ ਜੋ ਸਾਡੇ ਤੁਸੀਂ ਮੈਨੂੰ ਲੱਗਦਾ ਸਵੇਰ ਤੋਂ ਲੈ ਕੇ ਸ਼ਾਮ 'ਤੇ ਅਸੀਂ ਕਿਸੇ ਬੰਦੇ ਨੂੰ ਫੋਨ ਨਹੀਂ ਕੀਤਾ ਹਰ ਬੰਦਾ ਆਪਦੀ ਆਪ ਇੱਥੇ ਆਇਆ ਆ ਦਿਨੇ ਸਾਰਾ ਵਿਹੜਾ ਭਰਿਆ ਪਿਆ ਸੀਗਾ ਅੱਜ
हाँ जी टोनी जी की कहना चाहोगे तुसी उन जो आज की टिकट लानी की उस तो बाद पहला तो सारे राम राम जी टिकट लानी की इन्हों ने ना सिर्फ शरीफ निहायत जमा शरीफ ईमानदार बंदे नू एक जड़ा है इन्होंने यूज़ किया है। 6 महीने पहला इन्होंने सानू हल्का इंचार्ज लगा के पैसा लवा के लास्ट तक कह रहा फिर दूजी बारी फिर केजरीवाल ने बुलाया भी थोड़ी टिकट पक्की है तुसी जाके हल्के दे विच काम करो। तो असी पहले सर्वे च आ गए दूजे च आ गए लास्ट जो 2 दिन रहिंदे सी प्रोग्राम होया अपने सतिंदर जैन जी का इस तो पहला असी सर्वे से सीगे तो हूँ एक इक्को दम जिहड़ा किहड़ा सर्वे नोटा वाला इन्हां नूं चढ़ गया भी ये सारा कुछ ही इन्होंने प्लैंड करके जिहड़ा हैगा तीजी धिर नूं फायदा पहुँचाउण लई जिहड़ा हैगा इन्हां ने ये सारा कुछ किया है। ये प्लैंड हाईजैक हो चुका है। इत्थे फाजिलका जिले में आम आदमी पार्टी नां दी कोई चीज़ नहीं रही है। जलालाबाद जिहड़ा जिहड़े साढ़े पार्टी के लीडर आम आदमी पार्टी हम मैं कहें शर्म आती है वह कहें अभी किसी पार्टी का कूड़ा नहीं लेवे जलालाबाद तो लगो तुम जलालाबाद निहायत कूड़ा इन्होंने उत्थे चक के सीटा फाजिलका फिर इन्होंने जोड़ा कूड़ा उन्होंने सीटा से चक के उन्होंने फिर उन्हें एक डस्टबिन चो चक के उन्होंने फिर मेजते रखे उत्थे उन्होंने फिर कूड़े दी है। तुम बल्लूआने जाओ उत्थे दसो हबोर की फिर प्लैनिंग चल रही है। मैनू दसो भी इतने आम आदमी पार्टी के पुराने वलंटीयर पुराने लीडर फाजिलका जिले फाजिलका नहीं लोग सभा 9 हल्कों में सिर्फ फाजिलका सीट एक जी निकल रही थी आम आदमी पार्टी नू मिल रही थी सिर्फ शरीफ अते निहायत जमा शरीफ बंदे दे नाँ ते जी अज फाजिलका भी तुसी सर्वे कर लो समरबीर होई खड़ी है। इतने झाड़ू नाँ का कोई निशान नहीं सी 8 सालों तो इन्होंने जिहड़ा है पार्टी नू जिहड़े अगे ले जाण विच कोई कसर नहीं छड्डी सी। अज सारा शहर यह कह रहा भी गऊ हत्या होई है एक चोर तो जिहड़ा हैगा है वो निजात नहीं मिली सी तो इन्होंने आम आदमी पार्टी ने जिहड़ा वो दोबारा फिर वही जिहड़ा कूड़े नू जिहड़ा टिकट दे के तो ये सारा जिहड़ा हैगा सारा ही जिहड़ा आम आदमी पार्टी अज आम आदमी पार्टी कहिंदे आ वर्करां नू वलंटीयर नू शर्म आउंदी है भी जिहड़े 8 साल मेहनत करन वाले बंदे नू शरीफ बंदे नू पैसे लाउण वाले बंदे दा कुछ नहीं वड्डा कट्टिया गया इत्थे आम जिहड़ा वर्कर दा की बणूगा कुछ नहीं बनना इत्थे ठीक है। ये पार्टी जिहड़ी सारियां पार्टियां नालों भी जिहड़ी हैगी है भयानक राजनीति जिहड़ी ने करी जांदी है तो ये जिहड़ी पार्टी हाईजैक हो चुकी है। ये पंजाब दे विच ये कूड़ा करती सी तो पंजाब विच घट्टो घट 30-35 टिकटां जिहड़ियां हैगियां इन्होंने कूड़ियां नू ही दित्तियां है। जे पार्टी जे ये कहिंदे साडी पार्टी चंगी होण नाल की होगा थोड़े जिहड़े MLA बन गए कल नू लीडर होणगे वो करप्ट होणगे। पार्टियां सारियां चंगियां हुंदियां ने करप्शन कौन करता है असैंबली च जाते हैं पार्लीमेंट च जाते हैं उन्होंने करना है। इत्थे जिवें थोनू फाजिलका थोनू पता है कि फाजिलका च किन्नियां करोड़ां करंटां आईयां 50% पैसा नहीं लग्या किवें नाम चली जांदा ए लीडरां ने ही बदनाम करना हुंदा पार्टी नू। इह जिहड़े रेता माफिया वाले जिहड़े हैगे ने जां जिहड़े सप्लायर ने जिहड़े इधर जिहड़े हैगे इस कोने च जिहड़े सप्लायर इन्हां ने दित्ते ने इह किसे दा जिहड़ा आम मनुष्य दा कोई इन्हां ने भला नहीं करना ठीक है। इन्हां ने अगे भी लुट्टिया दूजी पार्टियां दे विच भी इन्हां ने लुट्टिया तो इस पार्टी विच भी आके जनता नूं इन्हां ने लुटना तो इन्हां ये पार्टी जिहड़ी आम आदमी पार्टी ही उन्हां पार्टियां वर्गी निकली। सानू ये उम्मीद नहीं सी असी राजनीतिक नहीं सी जे राजनीतिक असी हुंदे तो सानू हरेक चीज़ का जिहड़ा हैगा असी राजनीति नाल चलदे असी पार्टी सी पार्टी प्रति वफादार रहे पर पार्टी ने साडे नाल इन्नी गंदी राजनीति खेडी साडा लुग्गा तुग्गा घर बार सारा कुछ लगवा के अखीर तक साढ़े को लगवा रहे अखीर तक साढ़े को पंपलेट फ्लैक्स वगैरह करोड़ लखा रुपया इन्होंने साडा जिहड़ा लवाया सानू इन्होंने कहा थोड़ी टिकट पक्की है जी थोड़ी टिकट पक्की है जी सारे हल्का इंचार्जा ने दी है थोड़ी टिकट भी पक्की है। 2 दिनों के इन्हों को जो सर्वे आ गए भी जेडे भी पार्टी जी है एड्डा व्डा जो एक्शन लेना पाया पार्टी का अगों पार्टी जोड़े साढ़े सवालों के जवाब नहीं मिले वो कहें जो एक सीट हार जाएगी तो फिर की हो जाऊगा। पार्टी लीडर पार्टी प्रधान जे ये गल कह दे भी असी एक सीट हार जाएंगे तो सानू की फर्क पैंदा ये गल कित्थे जांदी है जी। टोनी जी मैं एक मिनट रोकन लग्या तुसी बड़ी नेड़ता है समरबीर बाई जी नाल उन्हां नाल पिंडां दे दौरिआं च भी जांदे रहे हो वलंटियर तौर ते अच्छा काम भी कीता तुसी बहुत मेहनत कीती हांजी हांजी कि इन्ने पूरे टाइम दे दौरान ऐसा की होया जिहड़ा कि यकदम जिहड़ी की टिकट दूजे पाले चली गई। ये जी ये वड्डे लेवल की राजनीति है ठीक है जी। ये जदों तुसी ला लो भी पंजाब प्रधान ये गल कर रहे भी एक सीट हार जाएंगे तो कोई गल
ਉਹਨਾਂ ਨੂੰ ਪਤਾ ਵੀ ਸ਼ੋਰ ਵੀ ਅਸੀਂ ਸਮਰਵੀਰ ਨੂੰ ਟਿਕਟ ਨਹੀਂ ਦੇਵਾਂਗੇ ਤਾਂ ਇਹ ਹਾਰਨੀ ਹਾਰਨੀ ਹੈ। ਜਿਹੜੇ ਯਾਰ ਬੰਦੇ ਹੁਣ ਆਪਾਂ ਕਿਸੇ ਬਾਰੇ ਜੇ ਹੁਣ ਉਹ ਬੋਲਾਂਗੇ ਨਾ ਤਾਂ ਆਪਣਾ ਜਿਹੜਾ ਚੱਗਾ ਚੱਕਿਆਂ ਢਿੱਡ ਲੰਘਾ ਹੁੰਦਾ ਪਾਰਟੀ ਵਿੱਚ ਰਹੇ ਹਾਂ, ਹੁਣ ਇਹ ਆਖਣਗੇ ਵੀ ਇਹਨਾਂ ਨੂੰ ਟਿਕਟ ਨਹੀਂ ਮਿਲੀ ਤਾਂ ਇਹੋ ਜਿਹੀਆਂ ਗੱਲਾਂ ਕਰ ਰਹੇ ਨੇ। ਠੀਕ ਹੈ, ਤੁਸੀਂ ਭਗਵੰਤ ਮਾਨ ਜੀ ਭਗਵੰਤ ਮਾਨ ਬਾਰੇ ਜਿਹੜੇ ਲੋਕਾਂ ਨੇ ਬੋਲੇ ਸੀ ਉਹ ਬੋਲ ਸੱਚੇ ਨੇ, ਸਹੀ ਬੋਲਦੇ ਸੀ ਉਹ, ਜਿਹੜੇ ਉਹਨਾਂ ਨੇ ਬੋਲੇ ਆ ਉਹ ਬਿਲਕੁਲ ਸੱਚੇ ਸੀਗੇ। ਜਿਹੜਾ ਬੰਦਾ ਅੱਜ ਸਰਵੇ ਸਾਡੇ ਬੋਲ ਰਹੇ ਆ, ਸਰਵੇ ਟੀਮਾਂ ਜਿਹੜੀਆਂ ਹੈਗੀਆਂ ਪਾਰਟੀ ਦੀਆਂ ਟੀਮਾਂ ਸੀਗੀਆਂ ਜਾਂ ਲੋਕ ਦੂਜੀਆਂ ਟੀਮਾਂ ਸੀ ਸਰਵੇ 'ਚ ਅਸੀਂ ਆ ਰਹੇ ਸੀ, ਸਰਵੇ ਵਾਲਿਆਂ ਨੇ ਕਿਹਾ ਵੀ ਇਹ ਬੰਦੇ ਨੂੰ ਟਿਕਟ ਦਿਓ, ਪਰ ਇਹ ਆਹ ਬੰਦਾ ਕਹਿੰਦਾ ਵੀ ਟਿਕਟ ਇਹਦੀ ਇਹਨੂੰ ਟਿਕਟ ਨਹੀਂ ਦੇਣੀ, ਟਿਕਟ ਹਾਰਨੀ ਆ, ਅਸੀਂ ਹਾਰਨੀ ਤਾਂ ਹਾਰ ਜਾਈਏ ਪਰ ਇਹਨਾਂ ਨੂੰ ਟਿਕਟ ਨਹੀਂ ਦੇਣੀ ਬਸ।